ਮੈਡਮ ਜੀ, ਤੁਹਾਡੇ ਕੋਲ ਰੰਗ ਗੋਰਾ ਕਰਨ ਵਾਲੀ ਕਰੀਮ ਹੈਗੀ ਜੀ? ਹਾਂਜੀ ਹੈਗੀ ਆ। ਫਿਰ ਲਾਉਂਦੇ ਕਾਹਤੇ ਨਹੀਂ? ਕਿਆ ਹੋਇਆ ਪੁੱਤਰ, ਉਹ ਕਾਹਤੋਂ ਰਿਹਾ, ਰੋਟੀ ਕਾਹਤੋਂ ਨਹੀਂ ਖਾਧੀ? ਬੇਬੇ, ਮੇਰੀ ਰੋਟੀ ਉੱਪਰ ਦੀ ਚੂਹਾ ਟੱਪ ਗਿਆ। ਲੈ ਪੁੱਤ, ਫਿਰ ਕੀ ਹੋਇਆ, ਤੂੰ ਰੋਟੀ ਖਾ ਲੈ, ਉਹਨੇ ਕਿਹੜਾ ਚੱਪਲਾਂ ਪਾਈਆਂ ਸੀ? ਉਰੇ ਆ, ਤੈਨੂੰ ਚੀਜੀ ਦਵਾਂ, ਆ ਜਾ। ਆਪਦੀ ਭੈਣ ਨੂੰ ਦੇ ਜਾ ਕੇ। ਓ, ਅਸੀਂ ਇੰਨੇ ਅਮੀਰ ਆ ਨਾ, 24 ਘੰਟੇ ਬੋਲਣੇ ਵਾਲਾ ਰੇਡੀਓ ਹੈ ਨਾ, ਸਭ ਤੋਂ ਪਹਿਲਾਂ ਮੇਰੇ ਬਾਪੂ ਪਿੰਡ 'ਚ ਲੈ ਕੇ ਆਇਆ ਸੀ। ਬੇਵਕੂਫ, ਆਪਣੀ ਬੇਬੇ ਬਾਰੇ ਏਦਾਂ ਨਹੀਂ ਬੋਲੀਦਾ। ਚੰਨੀ, ਕੋਈ ਗੱਲਬਾਤ ਸੁਣਾ ਦੇ। ਯਾਰ, ਇੰਡੀਆ 'ਚ ਨਾ ਬੰਦੇ ਨੂੰ ਲਾਈਟ ਜਾਣ ਤੇ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਇਹ ਦੇਖ ਕੇ ਹੁੰਦਾ ਕੀ ਵੀ ਗੁਆਂਢੀਆਂ ਦੀ ਤਾਂ ਗਈ ਨਹੀਂ। ਚੰਨੀ, ਤੂੰ ਚਾਹੁੰਦਾ ਕੀ ਹੈ? ਯਾਰ, ਮੈਂ ਚਾਹੁੰਦਾ ਕੋਈ ਸੋਹਣੀ ਜੀ ਕੁੜੀ ਕੋਰਟ 'ਚ ਜਾ ਕੇ ਦਾਵਾ ਕਰੇ ਮੈਂ ਇਹਦੀ ਘਰ ਵਾਲੀ ਹਾਂ, ਅਤੇ ਮੇਰੇ 'ਤੇ ਕੇਸ ਕਰੇ ਅਤੇ ਮੈਂ ਕੇਸ ਹਾਰ ਜਾਵਾਂ। ਚੰਨੀ ਜੀ, ਤੁਹਾਡੀ ਤਾਂ ਬੜੀ ਚੜ੍ਹਾਈ ਹੈ, ਇੰਨੀ ਮਿੱਠੀ ਮਿੱਠੀ ਗੱਲਾਂ ਕਿੱਥੋਂ ਲੈ ਕੇ ਆਉਂਦੇ ਹੋ? ਬਸ ਬਾਰੀ ਵਰਸੀ ਖੜਨ ਗਿਆ ਸੀ, ਖੜ ਕੇ ਲਿਆਂਦੇ ਅੰਗੂਰ। ਸਾਡਾ ਨਹੀਂ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ। ਚੰਨੀ, ਅੱਜ ਬੜੇ ਗੁੱਸੇ 'ਚ ਬੈਠੇ, ਮੈਨੂੰ ਲੱਗਦਾ ਘਰ ਵਾਲੀ ਨਾਲ ਲੜ ਕੇ ਆਇਆ ਵਾ। ਯਾਰ, ਉਹ ਰੁੱਸ ਜਾਂਦੀ ਆ, ਮੈਂ ਹਰ ਵੇਲੇ ਉਹਨੂੰ ਮਨਾਉਣ ਤੇ ਲੱਗਿਆ ਰਹਿੰਦਾ, ਅੱਜ ਮੈਂ ਰੁੱਸ ਗਿਆ, ਮੈਨੂੰ ਕਹਿੰਦੀ ਆਹੋ ਕੋਈ ਹੋਰ ਮਿਲ ਗਈ ਹੋਣੀ ਹੈ। ਨਹੀਂ, ਕੋਈ ਗੱਲਬਾਤ ਸੁਣਾ ਦੇ। ਬਹੁਤ ਜਲਦੀ ਨਾ ਕੰਧਾਂ ਤੇ ਲਿਖਿਆ ਜਾਣਾ ਦੇਖੀ ਕੀ ਆ HMM ਲਿਖਣਾ 30 ਦਿਨੋਂ ਵਿੱਚ ਛੁਡਾਏ।